ਸਭ ਤੋਂ ਪਹਿਲਾਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਕੱਲ੍ਹ ਆਪਾਂ ਗਏ ਸੀਗੇ ਨਮੋਲ, ਅੱਜ ਆਏ ਹੋਏ ਆਪਾਂ ਦਿੜਬੇ ਗੁਰੂ ਘਰ 'ਚ। ਇੱਥੋਂ ਰੈਲੀ ਕੱਢਣੀ ਹੈ ਕਿਸਾਨ ਯੂਨੀਅਨ ਦੀ, ਬੀ ਕੇ ਯੂ ਗਰੁੱਪ ਅਗਰਾਹਾਂ। ਲੋਕਾਂ ਨੂੰ ਜਾਗਰੂਕ ਕਰਨਾ ਵੀ ਜਿੱਦੇ ਭਾਰਤ ਬਣਦਾ ਉਹਦੇ ਸਾਰਿਆਂ ਨੇ ਸਹਿਯੋਗ ਦੇਣਾ। ਚੱਲਦੇ ਹਾਂ ਅੱਜ ਰੈਲੀ 'ਚ, ਕਰਦੇ ਹਾਂ ਵੀਡੀਓ ਸਟਾਰਟ, ਆ ਜਾਓ ਫਿਰ। ਲਓ ਜੀ, ਆਪਾਂ ਗੁਰੂ ਘਰ 'ਚ ਇਕੱਠੇ ਹੋਈ ਜਾਂਦੀ ਹੈ ਸੰਗਤ, ਇਦੋਂ ਬਾਅਦ ਪਿੰਡਾਂ 'ਚ ਜਾਵਾਂਗੇ ਰੈਲੀ ਕਰਨ। ਚਾਹ ਦਾ ਲੰਗਰ ਤਿਆਰ ਹੈ, ਦੇਖ ਸਕਦੇ ਹੋ ਸਵੇਰੇ ਚਾਹ ਦਾ ਲੰਗਰ ਚੱਲ ਰਿਹਾ। ਇਦੋਂ ਬਾਅਦ ਇਕੱਠੇ ਹੋ ਕੇ ਸਾਰੇ ਮੋਟਰਸਾਈਕਲਾਂ 'ਤੇ ਜਾਣਗੇ ਪਿੰਡਾਂ 'ਚ ਰੈਲੀ ਕਰਨ। ਭਾਰਤ ਮੰਨ ਦਾ ਸੱਦਾ, ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਜਾ ਰਹੀ ਹੈ। ਇਸ ਰੋਡ ਕਿਸੇ ਨੌਜਵਾਨ ਨੇ ਨਹੀਂ ਕਰਨਾ, ਜੇਕਰ ਜਾਣਾ ਵੀ ਹੈ ਤਾਂ ਉਹਦੇ ਪਿੰਡ ਦੇ ਪ੍ਰਧਾਨ ਨੂੰ ਦੱਸ ਕੇ ਜਾਵੋ, ਮੈਨੂੰ ਆਹ ਕੰਮ ਹੋ ਗਿਆ ਭਾਈ, ਮੈਂ ਜਾ ਰਿਹਾ। ਦੱਸ ਕੇ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਚਲੋ ਜਾ ਸਕਦਾ ਹੈ, ਪਰ ਇਹ ਕੰਮ ਨਾ ਹੋਵੇ ਵੀ ਜਿਹਦਾ ਪਿੰਡ ਲੰਘ ਗਿਆ ਵੀ ਆਪਾਂ ਉੱਥੇ ਵਾਪਸ ਮੁੜ ਜਾਓ। ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਸਾਰਿਆਂ ਨੂੰ ਭਰਾ ਨੂੰ ਬੇਨਤੀ ਕਰਦਾ, ਸਭ ਤੋਂ ਹਾਜ਼ਰੀ ਲਾ ਕੇ ਚੱਲਣਗੇ। ਉਹ ਦੂਜੀ ਗੱਡੀ ਵੀ ਆਪਣੀ ਆ ਰਹੀ ਹੈ, ਦੋ ਆਪਣੇ ਕੋਲ ਗੱਡੀਆਂ ਹੋਈਆਂ ਕਾਫਲੇ ਦੇ ਵਿੱਚ, ਬਾਕੀ ਮੋਟਰਸਾਈਕਲ ਇੱਕ ਗੱਡੀ ਮੂਹਰੇ ਹੋਊਗੀ ਕਾਫਲੇ ਦੇ, ਇੱਕ ਪਿੱਛੇ ਹੋਊਗੀ। ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਕਿ ਘਨੌੜ ਜਾ ਕੇ ਆਪਾਂ ਨੇ ਲੰਗਰ ਦਾ ਪ੍ਰੋਗਰਾਮ, ਪਿੰਡ ਘਨੌੜ ਵੀ ਹੈ, ਖਾਨਪੁਰ ਫਕੀਰਾਂ ਵੀ ਹੈ ਭਰਾਵੋ, ਉਹਨਾਂ ਨੇ ਵੀ ਚਾਹ ਪਾਣੀ ਦਾ ਲੰਗਰ ਕੀਤਾ ਹੋਇਆ ਵੀ। ਸਾਰਿਆਂ ਨੂੰ ਬੇਨਤੀ ਕਰਦੇ ਵੀ ਭਰਾਵੋ, ਸਚਾਈ ਨਾਲ ਸੁਣਾਈ ਨਾਲ ਚੱਲਣਾ, ਵੱਡਾ ਲਾਰਾ ਬੰਨ ਕੇ ਪੂਰਾ ਅੱਗੇ ਪਿੱਛੇ ਨਹੀਂ ਜਾਂਦੇ। ਹੁਣ ਗੇੜਾ ਦੇ ਕੇ ਮੰਡੀ ਦੇ ਵਿੱਚ ਇਕੱਠੇ ਹੋ ਰਹੇ ਹੈ, ਪੱਤਰਕਾਰਾਂ ਨੇ ਬੰਦੇ ਆਪਣੀ ਕਾਰਵਾਈ ਕਰਨੀ ਹੈ, ਮੇਨ ਉਹ ਮੰਡੀ ਚ ਕੱਢ ਕੇ ਕਿਸੇ ਨੇ ਵੀ ਅੱਗੇ ਪਿੱਛੇ ਨਹੀਂ ਜਾਣਾ ਹੈਗਾ, ਇੱਕ ਦੂਜੇ ਨੂੰ ਕਰਾਸ ਕਿਸੇ ਨੇ ਨਹੀਂ ਕਰਨਾ ਹੈਗਾ, ਤੇ ਕੰਟਰੋਲ ਨਾਲ ਜਾਣਾ ਸਾਰਿਆਂ ਨੇ, ਕਿਸੇ ਨੇ ਰੋਕਾ ਨਹੀਂ ਮਾਰਨਾ, ਸਿਰਫ ਨਾਰੇ ਲਾਣੇ ਨੇ। ਕੋਈ ਇਹੀ ਜਿਹੀ ਗੱਲ ਨਾ ਹੋਵੇ ਜਿਹੜੀ ਆਪਣੀ ਜਥੇਬੰਦੀ ਦੀ ਬੇਨਤੀ ਹੋਵੇ, ਉਸੇ ਹਿਸਾਬ ਨਾਲ ਜਾਣਾ ਹੈ। ਕਿਉਂਕਿ ਆਪਣਾ ਪਿੰਡਾਂ 'ਚ ਧੀਆਂ ਭੈਣਾਂ ਨੇ ਨਾਰੇ ਲਾਣੇ ਆਪਣੇ ਨਾਲ, ਜਦੋਂ ਆਪਾਂ ਨਾਰੇ ਲਾਉਂਦੇ ਹਾਂ ਵੀ ਧੀਆਂ ਭੈਣਾਂ ਬਰਾਬਰ ਨਾਲ ਲਾਉਂਦੇ ਨੇ ਪਿੰਡਾਂ ਦੇ ਵਿੱਚ, ਅਸੀਂ ਕਹਿੰਦੇ ਦੇਖਿਆ ਵੀ ਕਿਸੇ ਨੇ ਗੱਲ ਹਰਕਤ ਨਹੀਂ ਕਰਨੀ, ਖਿਆਲ ਰੱਖਣਾ ਸਾਰਿਆਂ ਨੇ ਆਪਣਾ, ਆਪਣੀ ਜਿਹੜੀ ਜਥੇਬੰਦੀ ਦਾ ਉਹ ਜਦੋਂ ਬਾਰੇ ਸੋਚਣਾ। ਇਹ ਖਾਸ ਗੱਲਾਂ ਨੇ ਵੀ ਜਿਹੜਾ ਕਾਪਰਾ ਸੰਘਰਸ਼ ਹੈ ਉਸਨੂੰ ਸੰਘਰਸ਼ ਦੇ ਰੂਪ ਦੇ ਵਿੱਚ ਆਪਾਂ ਨੇ ਲੰਬਾ ਕਰਨਾ ਹੈ, ਅਤੇ ਉਸੇ ਹਿਸਾਬ ਨਾਲ ਕਰਨਾ ਆਪਾਂ ਨੇ ਕੋਈ ਵੀ ਵੀਰ। ਹਾਂਜੀ, ਲਓ ਜੀ ਰੈਲੀ ਸਟਾਰਟ ਹੋ ਗਈ। ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਬੀਜੇਪੀ ਦੀ ਮੋਦੀ ਸਰਕਾਰ ਮੁਰਦਾਬਾਦ, 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 ਸਾਮਰਾਜਵਾਦ ਮੁਰਦਾਬਾਦ, 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 ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਦੇਖੋ ਤੁਸੀਂ ਰੈਲੀ, ਇਕੱਠ ਟੁੱਟ ਨਹੀਂ ਰਿਹਾ, ਪੂਰਾ ਲਾਈਨ ਬਹੁਤ ਜ਼ਿਆਦਾ ਭਾਰੀ ਖੱਟ ਹੈ ਅੱਜ ਰੈਲੀ 'ਚ, ਮੋਟਰਸਾਈਕਲਾਂ 'ਤੇ ਰੈਲੀ ਨਿਕਲ ਰਹੀ ਹੈ। ਕਿਸਾਨ ਯੂਨੀਅਨ ਏਕਤਾ ਗ੍ਰਾਹ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਭਾਰਤੀ
किसान यूनियन एकता ग्रह जिंदाबाद जिंदाबाद जिंदाबाद। सरकार तो ना जाग करो अपनी राखी याद करो, सरकार तो ना जाग करो अपनी राखी याद करो। भारतीय किसान यूनियन एकता ग्रह जिंदाबाद। लो जी तिड़पे तो काफला चल पिया हुण तूर बंजारे वल। ਭਰਾਵੋ 27 ਤਰੀਕ ਨੂੰ ਆਪਾਂ ਨੇ ਮੁਕੰਮਲ ਆਪਣਾ ਕਾਰੋਬਾਰ ਬੰਦ ਕਰਨਾ, ਸਿਹਤ ਬੋਰਡ ਦੇ ਵੱਲੋਂ ਫੈਸਲਾ ਹੋਇਆ ਤੇ ਆਪਾਂ ਨੇ ਚੌਂਕ ਦੇ ਵਿੱਚ ਧਰਨਾ ਲਾਉਣਾ ਪਹਿਲਾਂ ਵਾਂਗੂ। ਚੌਂਕ ਦੇ ਵਿੱਚ ਧਰਨਾ ਪਹਿਲਾਂ ਵਾਂਗੂ ਲਾਉਣਾ ਆਪਾਂ ਨੇ। ਸਾਰੇ ਦੁਕਾਨਦਾਰ ਵੀਰ ਇਸ ਗੱਲ ਤੇ ਗੌਰ ਕਰਨਾ, 27 ਤਰੀਕ ਦਾ ਮੁਕੰਮਲ ਬਾਜ਼ਾਰ ਬੰਦ, ਸਾਰੇ ਘਰਾਂ ਦੇ ਕਾਰੋਬਾਰ ਬੰਦ ਆ। ਇੱਥੇ ਤੱਕ ਕਿਸਾਨਾਂ ਨੂੰ ਕਹਿੰਦੇ ਵੀ ਕੋਈ ਕੱਖ ਵੀ ਇਹਨੇ ਛੱਪੀ ਨੂੰ ਲਿਆਉਂਦੇ ਸੀ। 27 ਨੂੰ ਮੁਕੰਮਲ ਭਾਰਤ ਬੰਦ ਹੈ। ਸਾਰੇ ਭਰਾਵਾਂ ਨੇ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਚੌਂਕ ਦੇ ਵਿੱਚ ਆਪਾਂ ਧਰਨਾ ਲਾਉਣਾ, ਉਸ ਧਰਨੇ ਦੇ ਵਿੱਚ ਸ਼ਾਮਲ ਹੋਣਾ ਹੈ। ਸੋ ਬੇਨਤੀ ਹੈ ਸਾਰੇ ਦੁਕਾਨਦਾਰ ਵੀਰਾਂ ਨੂੰ ਵੀ 27 ਤਰੀਕ ਦਾ ਮੁਕੰਮਲ ਬੰਦ ਹੈ ਤੇ 28 ਤਰੀਕ ਨੂੰ ਸ਼ਹੀਦ ਭਗਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਆਪਾਂ ਨੇ ਬਰਾਲਾ ਮੰਡੀ ਦੇ ਵਿੱਚ ਵੱਡੀ ਗਿਣਤੀ ਮਨਾਉਣਾ ਹੈ। ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਛੋਟਾ ਵਪਾਰੀ ਉਹ ਜਾਣਾ ਹੈ, ਤੁਸੀਂ ਵੀ ਉੱਥੇ ਸ਼ਾਮਲ ਹੋਣਾ ਹੈ। ਸੋ ਦੁਬਾਰਾ ਅਸੀਂ ਫਿਰ ਬੇਨਤੀ ਕਰਦੇ ਹਾਂ, ਅਸੀਂ ਸੱਦਾ ਲੈ ਕੇ ਆਏ ਬਾਜ਼ਾਰ ਦੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਵੀ 27 ਤਰੀਕ ਨੂੰ ਆਪਾਂ ਨੇ ਮੁਕੰਮਲ ਬਾਜ਼ਾਰ ਬੰਦ ਕਰਨਾ ਹੈ, ਕਿਉਂਕਿ ਭਾਰਤ ਬੰਦ ਦਾ ਸੱਦਾ ਜਿਹੜਾ ਸਿਹਤ ਮੋਰਚੇ ਵੱਲੋਂ ਆਇਆ ਹੋਇਆ ਹੈ। ਆਪਾਂ ਨੇ ਪਹਿਲਾਂ ਨੋਰਮਲ ਜਿਵੇਂ ਪਹਿਲਾਂ ਕਰਦੇ ਆਪਾਂ ਅਸੀਂ ਇਸ ਤਰ੍ਹਾਂ ਕਰਨਾ, 6 ਤੋਂ ਲੈ ਕੇ ਬੱਸ ਸਟੈਂਡ ਥੱਲੋਂ ਹੁਣ ਵੀ ਮੋਟਰਸਾਈਕਲਾਂ ਦਾ ਲਾਰਾ ਨਿਕਲ ਰਿਹਾ, ਪੁਲ ਖਤਮ ਹੋਣ ਲੱਗਿਆ ਤਿੜਪੇ ਵਾਲਾ। ਦੇਖ ਲਓ ਤੁਸੀਂ ਕਿੰਨੀ ਲੰਬਾਈ ਹੈ ਮੋਟਰਸਾਈਕਲ ਦੀਆਂ ਲਾਈਨਾਂ ਵੀ ਬਹੁਤ ਦੂਰ ਤੱਕ ਲੰਬਾਈ ਹੈ। ਬਹੁਤ ਉਤਸ਼ਾਹ ਹੈ ਰੈਲੀ ਦਾ ਕਿਸਾਨਾਂ ਵਿੱਚ। ਹੁਣ ਅਸੀਂ ਪਹੁੰਚ ਗਏ ਤੂਰ ਬੰਜਾਰੇ ਪਿੰਡ। ਤੂਰ ਬੰਜਾਰੇ ਪਿੰਡ ਦੀ ਵਾਰੀ ਆ ਗਈ ਰੈਲੀ ਦੀ। ਬਹੁਤ ਜ਼ਿਆਦਾ ਭਾਰੀ ਇਕੱਠ ਹੈ ਕਿਸਾਨਾਂ ਦਾ, ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਇਕੱਠ ਹੈ। ਤੂਰ ਬੰਜਾਰੇ ਦੇ ਰੋਡ ਪਿੰਡ ਤੱਕ ਵਿੱਚ ਪਹੁੰਚਣ ਵਾਲੇ ਹੋ ਗਏ। ਮੋਟਰਸਾਈਕਲਾਂ ਦੀ ਲਾਈਨ ਹਲੇ ਵੀ ਰੋਡ ਤੋਂ ਮੁੜੀ ਜਾ ਰਹੇ ਨੇ। ਤੂਰ ਬੰਜਾਰੇ ਪਿੰਡ ਪਹੁੰਚ ਗਏ। ਤੂਰ ਬੰਜਾਰੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਭਾਰਤ ਬੰਦ ਬਾਰੇ। ਮੁਰਦਾਬਾਦ ਹੱਕ ਮਾ।
ਰੰਗ ਦੇ ਲੋਕਾਂ ਦਾ ਇੱਕ ਜਿੰਦਾਬਾਦ 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 ਬੀਜੇਪੀ ਦੀ ਮੋਦੀ ਸਰਕਾਰ ਮੁਰਦਾਬਾਦ 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 ਇਹਨਾਂ ਸਰਕਾਰਾਂ ਤੋਂ ਆਪਣੀ ਰਾਖੀ ਰੱਖ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਪੰਜਾਬ ਤੇ ਸੈਂਟਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਰਕੇ ਮੁਕਰਨ ਵਾਲੀ ਸਰਕਾਰ ਘੱਟੋ ਘੱਟ 500-600 ਮੋਟਰਸਾਈਕਲਾਂ ਦਾ ਕਾਫਲਾ ਦੋ ਗੱਡੀਆਂ ਨੇ ਦੇਖ ਸਕਦੇ ਤੁਸੀਂ ਬਹੁਤ ਵੱਡਾ ਕਾਫਲਾ ਲੋਕਾਂ ਚ ਬਹੁਤ ਜ਼ਿਆਦਾ ਉਤਸ਼ਾਹ ਹੈ ਰੈਲੀ ਦਾ ਆਪਣੀ ਰੱਖੀ ਦੀ ਤਿਆਰੀ ਰੱਖੀ ਹੋ ਕੇ ਜਨਤਾ ਸਾਰੀ ਭਾਰਤੀ ਕਿਸਾਨ ਜਿੰਦਾਬਾਦ 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 ਬੀਜੇਪੀ ਦੀ ਮੋਦੀ ਸਰਕਾਰ ਮੁਰਦਾਬਾਦ 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 ਆਪਣੀ ਰਾਖੀ ਆਪ ਕਰੋ ਇਹਨਾਂ ਸਰਕਾਰਾਂ ਤੋਂ ਰਾਸਤਾ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਕਿਸਾਨ ਮਜ਼ਦੂਰ ਤੇ ਸਾਡੀ ਬਾਬਾ ਬਣਦਾ ਇੱਕ ਜਿੰਦਾਬਾਦ 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 ਹੱਕ ਮੰਗਦੇ ਲੋਕਾਂ ਦਾ ਇੱਕ ਭਾਰਤੀ ਕਿਸਾਨ ਦੀ ਏਕਤਾ ਬਰਾਹ ਤੇ ਪਹੁੰਚ ਚੁੱਕੀ ਹੈ ਰੈਲੀ ਘਰਾਟ ਬੀਜਦੀ ਹੁੰਦੇ ਹੋਏ ਪੌੜਾਂ ਬੀਜੇਪੀ ਦੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਇਕਾ ਜਿੰਦਾਬਾਦ 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 ਇਹਨਾਂ ਸਰਕਾਰਾਂ ਤੋਂ ਤਿਆਗ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਹਿ ਜਿੰਦਾਬਾਦ 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 ਔਰੰਗਾਬਾਦ ਮੁਰਦਾਬਾਦ 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 ਅਦਾਨੀ ਅਵਾਨੀ ਲੋਕਾਂ ਨਾਲ ਮੁਰਦਾਬਾਦ ਲਓ ਜੀ ਪੰਪ ਤੇ ਆ ਗਏ ਤੇਲ ਪਾਉਣ ਲੱਗੇ ਨੇ ਘਰਾਟ ਮੌਲਾਂ ਤੇ ਉਰੇ ਪਾਣੀ ਧਾਣੀ ਪੀ ਰਹੇ ਨੇ ਸਾਰੇ ਬਾਈ ਕੁਛ ਜਿਨ੍ਹਾਂ ਨੇ ਨਹੀਂ ਪਾਉਣਾ ਤੇਲ ਉਹ ਅੱਗੇ ਜਾ ਰਹੇ ਨੇ ਟਕਾਈ ਨਾ ਪੀ ਲਓ ਬਾਈ ਪਾਣੀ ਧੱਕਾ ਨਾ ਕਰੋ ਟਕਾਈ ਨਾ ਪੀ ਲਓ ਤੇਲ ਪਵਾ ਕੇ ਅੱਗੇ ਚੱਲੂਗਾ ਕਾਫਲਾ ਤੇਲ ਪਵਾ ਲਿਆ ਸੀ ਤੇਲ ਪਵਾ ਕੇ ਚੱਲੇ ਹਾਂ ਅਸੀਂ ਹੁਣ ਮੌੜਾ ਪਿੰਡ ਪਹੁੰਚ ਗਏ ਰੈਲੀ ਕਾਫਲਾ ਮੋਟਰਸਾਈਕਲਾਂ ਦਾ ਮੌੜਾ ਪਿੰਡ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
सरकार मुर्दाबाद मुर्दाबाद मुर्दाबाद। ये सरकार कर दिया की हेरा फेरी 420। ये सरकार कर दिया की हेरा फेरी 420। हेरा फेरी चक देंगे तो गोदा रख देंगे। हेरा फेरी चक देंगे तो गोदा रख देंगे। भारतीय किसान यूनियन एकता ग्रह जिंदाबाद जिंदाबाद जिंदाबाद। भारतीय किसान यूनियन एकता ग्रह जिंदाबाद जिंदाबाद जिंदाबाद। किसान मजदूरों का एकता जिंदाबाद मुर्दाबाद मुर्दाबाद। सरकार तो ना जाग करो अपनी राखी अब करो। सरकार तो ना जाग करो अपनी राखी अब करो। मोदी सरकार मुर्दाबाद मुर्दाबाद मुर्दाबाद। मोदी सरकार मुर्दाबाद। ये सीगा माड़ा पिंड में जी रैली गुजरती हुई हूँ अगे जाऊगी। बहुत लंबा है मोटरसाइकिल का रैली च बद लोगों ने हिस्सा लिया। बहुत अच्छा है लोगों च किसान रैली हिस्सा लेने लिए बहुत ज्यादा जागरूक रैली हो रही है। भारत बंद का सदा लोगों जागरूक कढ़ने लिए मोटरसाइकिल रैली कढ़ी जा रही है। लो जी गुजरां पहुंच गया मोटरसाइकिलों का काफला। हूं गुजरां पिंड पहुंच चुके देख लो अस गुजरां पिंड च पहुंच गए। काफला हले नहर से मोटरसाइकिल आई जा रहे ने। मोदी सरकार मुर्दाबाद मुर्दाबाद मुर्दाबाद। जिन्हें खेती विरोधी काले कानून रद्द करो रद्द करो रद्द करो। जिन्हें खेती विरोधी काले कानून रद्द करो रद्द करो रद्द करो। सरकार तो ना झाक करो अपनी राखी आप करो। सरकार तो ना झाक करो अपनी राखी आप करो। मोदी सरकार मुर्दाबाद मुर्दाबाद। पानी डांग सरकार मुर्दाबाद मुर्दाबाद मुर्दाबाद। लोगों के हक से डाकर मारन वाली सरकार मुर्दाबाद मुर्दाबाद मुर्दाबाद। लोगों के हक से डाके मारन वाली सरकार मुर्दाबाद मुर्दाबाद मुर्दाबाद। भारतीय किसान यूनियन एकता ग्रह जिंदाबाद जिंदाबाद जिंदाबाद। भारतीय किसान यूनियन एकता ग्रह जिंदाबाद जिंदाबाद जिंदाबाद। खेती विरोधी जिन्हें काले कानून रद्द करो रद्द करो रद्द करो। खेती विरोधी काले कानून रद्द करो रद्द करो रद्द करो। भारत का किसान मुर्दाबाद मुर्दाबाद मुर्दाबाद। मोदी सरकार मुर्दाबाद मुर्दाबाद मुर्दाबाद। जिन्हें काले कानून रद्द करो रद्द करो रद्द करो। जिन्हें काले कानून रद्द करो पूरे करो पूरे करो। पंजाब से सेंटर की सरकार मुर्दाबाद मुर्दाबाद मुर्दाबाद। बड़ा काफला मोटरसाइकिल का बहुत बड़ा काफला जा रहा है। जागरूक रैली कढ़ी जा रही है भारत बंद लई। भारतीय किसान यूनियन एकता ग्रह जिंदाबाद जिंदाबाद जिंदाबाद। बीजेपी की मोदी सरकार मुर्दाबाद मुर्दाबाद मुर्दाबाद। भारतीय किसान यूनियन एकता ग्रह जिंदाबाद जिंदाबाद जिंदाबाद। भारतीय किसान यूनियन एकता ग्रह जिंदाबाद जिंदाबाद जिंदाबाद। बीजेपी की मोदी सरकार मुर्दाबाद मुर्दाबाद मुर्दाबाद। खेती विरोधी काले कानून रद्द करा के रहेंगे क्या कहेंगे क्या कहेंगे। खेती विरोधी काले कानून रद्द करा के रहेंगे क्या कहेंगे क्या कहेंगे। साम्राज्यवाद मुर्दाबाद मुर्दाबाद
अपनी राखी आप करो, अपनी राखी भी करो तैयारी, रखी हो गए जिंदा सारी, सिख साधु ने जिंदाबाद जिंदाबाद जिंदाबाद, पीड़ी मोदी सरकार मुर्दाबाद मुर्दाबाद मुर्दाबाद, सरकारों तो भारत बंद समय च आप अपने सारे कारोबार बंद करके अपने जिथे भी प्रोग्राम रखा है धरने का अपने धरने जाके बहना है पूरी तरह भारत बंद करना आप 28 तरीक न अपने बड़ी गिणती के नौजवान साड़ी मावा भैन नौजवान बच्चिया किसान मजदूर शहीद भगत सिंह का जो जन्मदिन मनाने वास्ते बरनाले जाना है घर घर का बंदा साढ़े सारे नौजवान बसंती पता बन के बरनाला भी जरा अनाज मंडी पानी तानी पी के काफला फिर अगे चल जूगा ਸਾਰੀ ਸੰਗਤ ਪਾਣੀ ਤਾਣੀ ਪੀ ਕੇ ਫੇਰ ਅੱਗੇ ਲੋ ਜੀ ਪਾਣੀ ਤਾਣੀ ਪੀ ਲਿਆ ਸਾਰੀ ਸੰਗਤ ਨੇ ਹੁਣ ਕਾਫਲਾ ਮੋਟਰਸਾਈਕਲਾਂ ਦਾ ਅੱਗੇ ਜਾਊਗਾ ਹੋਰ ਪਿੰਡਾਂ 'ਚ ਭਾਰਤ ਬੰਦ ਦੀ ਜਾਗਰੂਕ ਰੈਲੀ ਕਿਸਾਨ ਰੈਲੀ ਪੀ ਕੇ ਯੂ ग्रुप अग्राहां वालों भारत बंद सद्दे लई जागरूक रैली कढ़ी जा रही है पानी ताणी पी के हुण सारी संगत अगे जाऊगी लो जी काफला मोटरसाइकलों का छोटी खनाल पहुँच गया अपनी राखी आप करो लो जी कनौट राजपूतों पहुंच गया काफला इतने लंगर पानी का प्रबंध है संगत में लंगर पानी छका के फिर काफला अगे जाऊगा ਘਨੌੜ ਰਾਜਪੂਤਾਂ ਗੁਰੂ ਘਰ 'ਚ ਆ ਗਏ ਇੱਥੇ ਲੰਗਰ ਬਣਾਇਆ ਹੋਇਆ ਸੰਗਤ ਲੰਗਰ ਛੱਕ ਕੇ ਫਿਰ ਅੱਗੇ ਜਾਊਗੀ ਅੱਜ ਤੁਹਾਨੂੰ ਦਿਖਾਉਂਦੇ ਹਾਂ ਸਾਹਮਣੇ ਮਾਈਆਂ ਲੰਗਰ ਤਿਆਰ ਕਰ ਰਹੀਆਂ ਨੇ ਮਾਈਆਂ ਲੰਗਰ ਤਿਆਰ ਕਰ ਰਹੀਆਂ ਨੇ ਇੱਧਰ ਸਾਰੇ ਸੰਗਤ ਲੰਗਰ ਛਕਣ ਲੱਗ ਗਈ ਹੁਣ ਦੇਖ ਸਕਦੇ ਹੋ ਤੁਸੀਂ
ਨਵੇਂ ਸਾਰੀ ਸੰਗਤ ਲੰਗਰ ਛਕ ਰਹੀ ਹੈ। ਇਸ ਤੋਂ ਬਾਅਦ ਕਾਫਲਾ ਅੱਗੇ ਜਾਊਗਾ। ਸਵੇਰ ਦੇ ਚੱਲੇ ਹੋਏ ਹਾਂ ਦਿੜਬੇ ਤੋਂ, ਭੁੱਖੇ ਭਾਣੇ ਸੀਗੇ। ਆਪਣੇ ਸੁਖਚੈਨ ਸਿੰਘ ਜੀ ਬਗਰੌਲ ਤੋਂ ਅਸੀਂ ਮਜ਼ਦੂਰਾਂ ਦਾ ਜਾਂ ਦਲਿਤਾਂ ਦਾ ਮੁੱਖ ਮੰਤਰੀ ਬਣਾਉਣਾ, ਅਸੀਂ ਦਲਿਤਾਂ ਦੇ ਵੱਡੇ ਭਾਈਵਾਲ ਹਾਂ, ਜਾਣੀ ਕਿ ਇੱਕ ਲੋਕਾਂ ਨੂੰ ਬੁੱਧੂ ਬਣਾਉਣ ਦੀ ਗੱਲ ਇਹ ਸਰਕਾਰਾਂ ਕਰਦੀਆਂ ਨੇ। ਇਸ ਲਈ ਬੇਨਤੀ ਕਰਦੇ ਹਾਂ ਸਾਰੇ ਦੁਕਾਨਦਾਰ ਵੀਰ ਵੀ, ਸਾਰੇ ਪਿੰਡਾਂ ਤੋਂ ਆਏ ਵੀਰ ਵੀ, ਸਾਡੀ ਮਾਵਾਂ ਭੈਣਾਂ, ਕਿ ਇਹਨਾਂ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਆਪਣੀ ਰਾਖੀ ਕਰਨ ਵਾਸਤੇ ਆਪਾਂ ਨੂੰ ਵੱਡੇ ਵੱਡੇ ਇਕੱਠ ਕਰਨੇ ਪੈਣਗੇ ਅਤੇ ਇਹਨਾਂ ਵੋਟ ਬਟੋਰੂ ਟੋਲਾਂ ਦਾ ਵਿਰੋਧ ਕਰਨਾ ਪੈਣਾ ਆਪਾਂ ਨੂੰ। ਪਿੰਡਾਂ 'ਚ ਆਇਆਂ ਨੂੰ ਪੁੱਛਣੇ ਸਵਾਲ ਵੀ ਤੁਸੀਂ ਦੱਸੋ 70 ਸਾਲਾਂ 'ਚ ਸਾਡਾ ਕੀਤਾ ਕੀ ਹੈ। ਸਾਡਾ ਪੂਰਾ ਦੇਸ਼ ਵੇਚਤਾ ਤੁਸੀਂ, ਸਾਡੇ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਨੇ, ਤੁਸੀਂ ਰੁਜ਼ਗਾਰ ਖਤਮ ਕਰਤਾ, ਸਾਡੇ ਬੁਢਾਪੇ ਦਾ ਹੋਣਾ ਕੀ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਸੰਘਰਸ਼ਾਂ ਨੂੰ ਹੋਰ ਲੰਬੇ ਕਰਨਾ ਹੈ। ਉਹ ਇਹੀ ਬੇਨਤੀ ਕਰਦੇ ਵੀ 27 ਤਰੀਕ ਨੂੰ ਭਾਰਤ ਬੰਦ ਹੈ ਅਤੇ 28 ਤਰੀਕ ਨੂੰ ਉਹਨਾਂ ਸ਼ਹੀਦਾਂ ਦਾ ਦਿਨ ਮਨਾਉਣਾ, ਬਣੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ, ਜਿਹੜਾ ਕਿ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਵੱਡੇ ਇਕੱਠ ਕਰਕੇ ਆਪਾਂ ਨੇ ਜਾਣਾ ਹੈ। ਉੱਥੇ ਵੱਡੇ ਇਕੱਠ ਕਰਕੇ ਉਹਨਾਂ ਚਾਰਾਂ ਦੇ ਘਰਾਣਿਆਂ ਦਾ ਜਿਹੜਾ ਪਿੰਡ ਸਿਆਪਾ ਕਰਨਾ ਹੈ, 28 ਤਰੀਕ ਨੂੰ ਬਰਨਾਲਾ ਦਾਣਾ ਮੰਡੀ ਜਾਣਾ ਹੈ। ਹੁਣ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਮੋਟਰਸਾਈਕਲਾਂ ਦੇ ਨੌਜਵਾਨਾਂ ਦਾ, ਜਿਹਨਾਂ ਨੇ ਅੱਜ ਮੋਟਰਸਾਈਕਲ ਰੈਲੀ ਦੇ ਵਿੱਚ ਜਿਹੜਾ ਆਪਣਾ ਹਿੱਸਾ ਪਾ ਕੇ ਬੜੇ ਸੱਜੇ ਢੰਗ ਨਾਲ ਲੋਕਾਂ ਨੂੰ ਦੱਸੇ ਵੀ 27 ਤਰੀਕ ਨੂੰ ਹੁੰਮ ਹਵਾ ਕੇ ਆਪਾਂ ਨੇ ਜਿਹੜਾ ਮੋਰਚਾ ਧਰਨਾ ਲਾਉਣਾ ਹੈ, ਉਹ ਪੂਰਾ ਬੰਦ ਨੂੰ ਸਫਲ ਬਣਾਉਣਾ ਹੈ। ਇਸ ਕਰਕੇ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਆਪਾਂ ਸਾਰੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਈਏ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਬੀਜੇਪੀ ਦੀ ਮੋਦੀ ਸਰਕਾਰ, ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸਾਮਰਾਜਵਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਅਡਾਨੀ ਅਮਾਨੀ ਲੋਟੂ ਲਾਣਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਬੀਜੇਪੀ ਦੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਲਓ ਜੀ ਰੈਲੀ ਹੋ ਗਈ ਸਮਾਪਤ, ਦਿੜਬੇ ਤੋਂ ਚੱਲੀ ਸੀ, ਦਿੜਬੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਜਾ ਕੇ ਆਏ ਹਾਂ, ਵੀਡੀਓ ਕਰਨ ਲੱਗਦੇ ਹਾਂ ਬੰਦ। ਅਗਲੀ ਵੀਡੀਓ ਤੱਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।